ਜਿੱਥੇ ਮਰਜ਼ੀ ਵੇਚ ਦੇ ਪਰ ਆਪਦਾ ਵਜਨ ਪੂਰਾ ਕਰਕੇ ਲਿਆਓ। ਅਤੇ ਇਸ ਵਾਰ ਮਿੱਤਰ ਨੇ ਤਿੰਨੇ ਲਾ ਲਏ ਮੂਹਰੇ। ਹਰੀਚੰਦ ਰਾਜਾ ਜਿਹੜਾ ਹਰੀਚੰਦ ਰਾਜਾ ਕਹਾਉਂਦਾ ਸੀ, ਕਿਹਦੇ ਵਿਕਿਆ? ਭੰਗੀਆਂ ਦੇ, ਨਾਲੀਆਂ ਕੱਢਣ ਵਾਲਿਆਂ ਦੇ। ਜਦੋਂ ਭਾਈ ਗਾਹਾਂ ਹੋਕਾ ਦਿੱਤਾ, ਵਰਦੇ ਬਕਾਊ ਵਰਦੇ, ਉਹ ਕਹਿੰਦੀ ਕਿ ਅੰਦਰੋਂ ਕੰਜਰੀ ਨਿਕਲੀ, ਕਹਿੰਦੀ ਜੀ ਆਹ ਵਰਦੇ ਦਾ ਕੀ ਮੁੱਲ ਹੈ? ਜਿੰਨੀ ਕਿ ਤਾਰਾਂ ਰਾਣੀ ਦਾ। ਉਹ ਕਹਿੰਦੇ ਭਾਈ ਸਣੇ ਬੱਚਾ ਜਾਊ ਨਾਲ ਦੋ ਉੱਠਾਂ ਦਾ ਭਾਰ। ਕਹਿੰਦੀ ਲੱਦ ਲਾ ਭਾਈ, ਲੱਦ ਲਏ। ਥੋੜ੍ਹੀ ਜਿਹੀ ਦੂਰ ਗਿਆ, ਉਹ ਕਹਿੰਦੀ ਕਿ ਵੀ ਮਾਂ ਜੀ ਮੈਂ ਕੰਮ ਕੀ ਕਰਾਂ? ਕਹਿੰਦੀ ਭਾਈ ਕੰਮ ਕੁਛ ਨਹੀਂ ਕਰਨਾ, ਮੁੰਡੇ ਆਉਣਗੇ ਕੰਜਰਪਣਾ ਕਰਨਗੇ। ਉਹਨੇ ਸੋਚਿਆ ਵੀ ਇਹ ਤਾਰਾਂ ਰਾਣੀ ਨੇ ਵੀ ਆਪਾਂ ਐਡੇ ਵੱਡੇ ਭਗਤ ਦੀ ਹੋ ਹੈ, ਵੀ ਇਹਦਾ ਕੰਮ ਗਲਤ ਹੋ ਗਿਆ। ਉਹਨੇ ਵਿਸ਼ਨੂੰ ਭਗਵਾਨ ਨੂੰ ਦਿੱਤਾ ਲੰਬਾ, ਮਾਲਕਾ ਸੱਚੇ ਪਾਤਸ਼ਾਹ ਜੇ ਮੈਨੂੰ ਵੇਚਣਾ ਦੀ ਕਿ ਚੱਜ ਦੇ ਘਰੇ ਤਾਂ ਵੇਚ। ਹੁਣ ਕੀ ਭਾਈ ਦਰਗਾਹ ਨੇ ਡੋਲਾ ਖਾਧਾ, ਕਹਿੰਦਾ ਨਾਰ ਦਾ ਦਰਗਾਹ ਡੋਲੇ ਖਾਂਦੀ ਹੈ। ਕਹਿੰਦਾ ਜੀ ਤਾਰਾਂ ਰਾਣੀ ਕੰਜਰਾਂ ਦੇ ਘਰੇ ਵਿਕ ਗਈ, ਦੇਸ਼ਵਾ ਮਿੱਤਰ ਨੇ ਵੇਚਤੀ, ਤੈਨੂੰ ਲਾਂਭੇ ਦਿੰਦੀ ਹੈ। ਹੁਣ ਤਾਂ ਆਪੇ ਡੈਣ ਬਣਾਤੀ। ਜਦੋਂ ਝਾਕੀ ਹੋ ਕੰਜਰਾਂ ਦੀ ਬੁੜੀ, ਉਹਦੇ ਡੇਡੇ ਦੰਦ ਤਾਰਾਂ ਰਾਣੀ ਦੇ ਲਾਤੇ, ਬਣ ਗਈ ਡੈਣ। ਉਹ ਤਾਂ ਭੱਜ ਗਈ ਉਹਦੇ ਮਗਰੀ ਦੇਸ਼ਵਾ ਮਿੱਤਰ ਦੇ, ਕਹਿੰਦੀ ਭਾਈ ਆਪਦਾ ਲੈ ਕੇ ਜਾ, ਇਹ ਤਾਂ ਡੈਣ ਹੈ, ਇਹ ਤਾਂ ਹੁਣ ਦੰਦ ਕੱਢੇ ਹੀ ਨਵੇਂ। ਉਹ ਭਾਈ ਦੇ ਆਇਆ। ਹੁਣ ਦੇਸ਼ਵਾ ਮਿੱਤਰ ਨੂੰ ਤਾਂ ਐਂ ਤੀ ਵੀ ਯਾਰ ਆਪਾਂ ਤਾਂ ਭਗਤੀ ਹੋਣੀ ਹੈ, ਉਹਨੇ ਕੀ ਪੈਸਿਆਂ ਤੋਂ ਕਰਾਉਣਾ ਸੀ। ਅਤੇ ਗਾਹਾਂ ਭਾਈ ਫਿਰ ਹੋਕਾ ਦਿੱਤਾ, ਕਹਿੰਦਾ ਜੀ ਵਰਦੇ ਬਕਾਊ ਵਰਦੇ। ਇੱਕ ਪੰਡਤ ਉੱਠਿਆ, ਵਧੀਆ ਸਿਆਣਾ ਬਹਿਣਾ ਵਿਦਵਾਨ, ਕਹਿੰਦਾ ਜੀ ਆਹ ਵਰਦੇ ਦਾ ਕੀ ਮੁੱਲ ਹੈ? ਕਹਿੰਦਾ ਜੀ ਨਾਲ ਬੱਚਾ ਜਾਊ ਦੋ ਉੱਠਦੇ ਭਾਰ। ਉਹ ਕਹਿੰਦਾ ਮੈਂ ਇਹਦੇ ਨਾਲ ਗੱਲ ਕਰ ਲਾਂ। ਕਹਿੰਦਾ ਬੇਟੀ ਜੇ ਮੈਂ ਤੈਨੂੰ ਆਪਦੀ ਧੀ ਬਣਾ ਕੇ ਤੈਨੂੰ ਖਰੀਦਣਾ, ਮੇਰੀ ਧੀ ਬਣੇਗੀ? ਕਹਿੰਦੀ ਹਾਂ ਬਾਪੂ ਜੀ ਬਣੂ। ਉਹਨੇ ਆਖਿਆ ਵੀ ਘਰ ਲੋਟ ਹੈ, ਭਲਾ ਮਾਣ ਸੰਬੰਧ ਹੈ। ਤਾਰਾਂ ਰਾਣੀ ਪੰਡਤ ਨੇ ਖਰੀਦ ਲਈ ਨਾਲੇ ਜਵਾਕ। ਹੁਣ ਆਪਾਂ ਹਰੀਚੰਦ ਕਿੰਨੀ ਚੱਲਦੇ ਹਾਂ। ਪਹਿਲਾਂ ਹਰੀਚੰਦ ਰਾਜਾ ਭੰਗਿਆਂ ਦੇ ਵਿਕ ਗਿਆ। ਉਹ ਬੋਲਦੀ ਅੰਦਰੋਂ ਆਈ ਭੰਗਣ, ਆਪਾਂ ਨੌ ਤਾਂ ਹੁਣ ਕਾਹਨੂੰ ਲੈਣਾ, ਨੌ ਗਲਤ ਹੋ ਜਾਂਦਾ, ਜਾਤੀ ਪਰਖੀ ਜਾਂਦੀ ਹੈ ਨਾ। ਉਹ ਭਾਈ ਆਈ ਅੰਦਰੋਂ ਆ ਕੇ ਕਹਿੰਦੀ ਇਹ ਰੱਖਿਆ? ਕਹਿੰਦੀ ਹਾਂ। ਕਹਿੰਦੀ ਤੇਰਾ ਨਾਂ ਕੀ ਹੈ? ਜੇ ਤਾਂ ਹੁਣ ਹਰੀਚੰਦ ਰਾਜਾ ਤਾਂ ਰਿਹਾ ਨਾ ਕੋਈ ਜਦੋਂ ਵਿਕ ਗਿਆ। ਕਹਿੰਦੀ ਜੀ ਮੇਰਾ ਨਾਂ ਤਾਂ ਕਹਿੰਦਾ ਹਰੂ ਹੈ। ਕਹਿੰਦੀ ਭਾਈ ਹਰੂਏ ਕੰਮ ਸਮਝ ਲੈ। ਕਹਿੰਦਾ ਮਾਤਾ ਦੱਸੋ। ਕਹਿੰਦੀ ਇੱਕ ਸੱਠ ਤਾਂ ਸੂਰ ਨੇ ਆਪਣੇ ਝਾਰ ਕੇ ਲਿਆਉਣੇ ਨੇ, ਤੇ ਆਉਂਦਾ ਹਾਂ ਲੱਕੜਾਂ ਦੀ ਭਰੀ ਲਈ, ਅਤੇ ਟੋਬੇ ਤੋਂ ਪਾਣੀ ਪਿਆਉਣਾ ਇਹਨਾਂ ਨੂੰ, ਨਲਕੇ ਤੋਂ ਨਹੀਂ ਪਿਆਉਣਾ। ਕਹਿੰਦਾ ਚੰਗਾ ਸੱਤ ਬਚਨ। ਹੁਣ ਵਿਚਾਰਾ ਚਾਰ ਲਿਆ ਕਰੇ। ਕਹਿੰਦਾ ਚੱਲ ਵੀ ਤੇਰੀ ਉੱਠ ਟੁੱਕਦਾ ਮੈਂ ਕੰਮ ਕਰਾ ਕੇ ਮੈਂ। ਕਹਿੰਦਾ ਕਰਾ ਦੇ ਦੁਕਾਨ 'ਤੇ ਪੇ ਬਾਗਾ ਦੁਕਾਨ ਸੰਭਾਉਣਾ। ਜਦੋਂ ਦੁਕਾਨ ਸੰਭਾਈ ਉਹ ਕਹਿੰਦਾ ਕੋਈ ਨਾ ਵੀ ਲੈ ਜੇ ਸਿੱਧਾ ਜਿੰਨਾ ਮਰਜ਼ੀ ਰੋੜ ਇਹਨੂੰ। ਜਦੋਂ ਆ ਗਿਆ ਉਹ ਟਾਈਮ 'ਤੇ, ਟਾਈਮ 'ਤੇ ਆਇਆ ਭਾਈ, ਉਹ ਤਾਂ ਮੁੜ ਕੇ ਗਈ ਨਾ ਦੁਕਾਨ 'ਤੇ ਕੁਛ ਲੈਣ। ਜੇ ਦੁਕਾਨ 'ਤੇ ਕੁਛ ਲੈਣ ਜਾਊਗਾ ਫਿਰ ਹੀ ਪੈਸੇ ਮੰਗੂ ਹੋ। ਉਹ ਜਦੋਂ ਗਿਆ ਨਾ ਭਾਈ, ਤਿੰਨ ਚਾਰ ਤਾਂ ਲੰਘ ਗਏ ਭੁੱਖੇ ਤੇ ਹੈਦੇ। ਹੁਣ ਉੱਧਰੋਂ ਭਾਈ ਭੰਗੀ ਦੇ ਰੋਟ ਕੁਛ ਰਿਹਾ ਨਾ ਅੰਦਰ, ਗਿਆ ਨਾ ਕੁਛ ਹਰੀਚੰਦ ਰਾਜੇ ਦੇ, ਉੱਧਰੋਂ ਤੌੜਾ ਨਾ ਚੱਕਿਆ ਜਾਵੇ। ਜਦੋਂ ਤੌੜਾ ਨਾ ਚੱਕਿਆ ਜਾਵੇ, ਉਹ ਤਾਰਾਂ ਰਾਣੀ ਨੂੰ ਕਹਿੰਦਾ, ਕਹਿੰਦਾ ਤਾਰੋ ਮੈਨੂੰ ਤੌੜਾ ਚੁਕਾ ਜਾ। ਕਹਿੰਦੀ ਤੂੰ ਵੀ ਕਹਿ ਨੀਚ ਕਰ, ਮੈਂ ਵੀ ਕਿਉਂ ਉੱਪਰ ਕਰ, ਲੋਕਾਂ ਨੂੰ ਕੀ ਪਤਾ ਮੈਂ ਪਤਨੀ ਪਤਨੀ ਆਪਾਂ ਦੋਨੇ। ਕਹਿੰਦੀ ਜੇ ਮੈਂ ਤੌੜਾ ਚੁਕਾ ਵੀ ਦਿੱਤਾ ਤਾਂ ਪੰਡਤ ਨੂੰ ਉਂਗਲ ਲਾ ਦੇਣਗੇ, ਮੈਨੂੰ ਘਰੋਂ ਕਢਾ ਦੇਣਗੇ ਲੋਕਾਂ। ਕਹਿੰਦੀ ਵਿਧੀ ਦੱਸ ਦਿੰਦੀ ਹੈ। ਕਹਿੰਦਾ ਦੱਸ ਵਿਧੀ ਦੱਸ ਫਿਰ। ਕਹਿੰਦੀ ਵਿਧੀ ਇਹ ਹੈ, ਗਲ ਗਲ ਪਾਣੀ 'ਚ ਹੋ ਜਾ, ਤੌੜਾ ਕਰ ਲਾ, ਥੱਲੇ ਗੁੱਚਾ ਮਾਰ ਕੇ ਚਾ ਤੌੜਾ ਤੇਰੇ ਉੱਤੇ ਆ ਜੂ, ਪਾਣੀ 'ਚ ਤੌੜਾ ਨਹੀਂ ਡੁੱਬਦਾ ਹੁੰਦਾ। ਕਹਿੰਦੀ ਚੰਗਾ। ਉਹਨੇ ਭਾਈ ਮਜ਼ਿਕਰੀ ਕਰਿਆ, ਗੁੱਤਾ ਮਾਰਿਆ, ਸਿਰ 'ਤੇ ਧਾਲਿਆ, ਤੌੜਾ ਖੜਾ ਹੋ ਗਿਆ। ਹੁਣ ਨੁੱਚੜਦਾ ਨੁੱਚੜਦਾ ਤੋਂ ਆਇਆ ਬਾਹਰ 'ਚ,
ਪੈਰ ਤਿਲਕ ਗਿਆ, ਥੋੜ੍ਹਾ ਫੁੱਟ ਗਿਆ ਭਾਈ। ਉਹ ਤਾਂ ਭੰਗਣ ਨੇ 20 ਗਾਲਾਂ ਕੱਢੀਆਂ ਹਰੀਚੰਦਰਾ ਜੀ। ਉਹ ਕਹਿੰਦਾ ਉਹ ਗਾਲਾਂ ਕੋਈ ਕੱਢਦੀਆਂ, ਖ਼ਬਰਾਂ ਕਿਹਾ ਜਿਹਾ ਬੰਦਾ ਇਹ, ਕੌਣ ਹੈ, ਕਿਵੇਂ ਵਿਕਿਆ? ਚੱਲ ਕਹਿੰਦਾ ਤੈਨੂੰ ਭਾਈ ਮੈਂ ਮੁਰਦਾ ਘਾਟ 'ਤੇ ਲਾ ਕੇ ਆਉਣਾ, ਚੱਲ ਤੇਰਾ ਹਿਸਾਬ ਕਰੀ ਉੱਥੇ ਦੁਕਾਨ ਸਮਾਉਂ ਤੈਨੂੰ। ਜਦੋਂ ਗਾਹਾਂ ਗਏ ਦੁਕਾਨ ਵਾਲੇ ਦੇ ਹਿਸਾਬ ਕਰਨ, ਉਹ ਕਹਿੰਦਾ ਭਾਈ ਇਹਦਾ ਕੀ ਕੁਛ ਹੈ? ਕਹਿੰਦਾ ਮੇਰੇ ਕੋਲ ਇਹ ਤਾਂ ਕੋਈ ਆਈ ਨਹੀਂ ਜੀ, ਜੇ ਦੁਕਾਨ 'ਤੇ ਉਹ ਫੇਰ ਹੀ ਕੁਛ ਲਿਓ। ਕਹਿੰਦਾ ਕਿਉਂ ਭਾਈ, ਹਰੂਆ ਕੀ ਖਾਧਾ ਤੈਂ? ਕਹਿੰਦਾ ਜੀ ਮੈਂ ਤਾਂ ਕੁਛ ਨਹੀਂ ਖਾਧਾ। ਕਹਿੰਦਾ ਯਾਰ ਇੰਨਾ ਸਰਾਫ ਨਾ ਦੇ ਮੈਨੂੰ, ਫਿਰ ਕੀ ਹੋਊਗਾ, ਕੋਈ ਮਜਬੂਰੀ ਹੁੰਦੀ ਹੈ, ਰੋਟੀ ਪਾਣੀ ਤਾਂ ਖਾ। ਮੁਰਦਾ ਘਾਟ 'ਤੇ ਲਾਤਾ ਹਰੀਚੰਦਰਾ ਜਾਂ, ਉੱਥੇ ਸੰਭਾਲਤੀ ਦੁਕਾਨ। ਉਹਨੇ ਸੋਚਿਆ ਵੀ ਚੱਲ ਮੁਰਦਾ ਘਾਟ 'ਤੇ ਵਿਹਲੀ ਹੈ, ਜੇ ਕੋਈ ਮੁਰਦਾ ਹੈਗਾ ਤਾਂ ਵਸੂਲ ਭਰਾ ਲਵਾਂਗੇ, ਨਹੀਂ ਆਪਾਂ ਰੋਟੀ ਬਣਾ ਲੈਂਦੇ ਹਾਂ। ਉਹ ਭਾਈ ਰੋਟੀ ਦਾ ਸਿੱਧਾ ਲਿਆ ਦੁਕਾਨ ਤੋਂ, ਬਣਾ ਲਈ, ਹਜੇ ਮੂੰਹ 'ਚ ਬੁਰਕੀ ਪਾਈ ਵੀ ਨਹੀਂ, ਇਹਦੇ ਨੇ ਆ ਗਿਆ ਦੇਸ਼ਵਾ ਮਿੱਤਰ। ਕਹਿੰਦਾ ਭਾਈ ਰੋਟੀ ਛਕਾ ਭਾਜਣਾ ਸੰਤਾਂ ਨੂੰ। ਕਹਿੰਦਾ ਆ ਜਾ ਬਾਬਾ। ਉਹਨੇ ਚਖਾ ਤੀਆਂ ਰੋਟੀਆਂ, ਲੱਗ ਗਿਆ ਸਿਖਾਉਣ। ਜਦੋਂ ਰੋਟੀ ਸਿਖਾਉਣ ਲੱਗਿਆ, ਕਹਿੰਦਾ ਉਹ ਕਹਿੰਦਾ ਭਾਈ ਰੋਟੀ ਹੋਰ ਲਿਆ। ਕਹਿੰਦਾ ਬਾਬਾ ਜਿਹੜੀ ਹੈਗੀ ਤੀ ਰੋਟੀ ਮੈਂ ਤੈਨੂੰ ਫੜਾ ਤੀ, ਮੈਂ ਕਿਹੜਾ ਕਰੀ ਆ ਤੁਹਾਡੀ ਰੋਟੀ, ਮੈਂ ਤਾਂ ਆਪਦੀਆਂ 4 ਰੋਟੀਆਂ ਲਾਈਆਂ ਤੀ। ਕਹਿੰਦਾ ਭਾਈ ਮੈਂ ਤਾਂ ਸਰਾਫ ਦਿੰਦਾ ਫਿਰ। ਕਹਿੰਦਾ ਬਾਬਾ ਸਰਾਫ ਨਾ ਦੇ, ਕੱਲ੍ਹ ਨੂੰ ਆ ਜੇ ਚਾਹੇ 10 ਰੋਟੀਆਂ ਖਾ ਜੀ, ਮੈਂ ਤੈਨੂੰ ਬਣਾ ਕੇ ਰੱਖੂ। ਕਹਿੰਦਾ ਚੰਗਾ। ਦੂਜੇ ਦਿਨ ਉਹਨੇ ਆਖਿਆ ਵੀ 2 ਬੰਦਿਆਂ ਦਾ ਸਿੱਧਾ ਖਾਜੂ, 3 ਦਾ ਖਾਜੂ, 4 ਦਾ ਖਾਜੂ, ਕਿੰਨਿਆਂ ਦਾ ਖਾਜੂ? ਉਹਨੇ ਭਾਈ 8 ਬੰਦਿਆਂ ਦੀ ਰੋਟੀ ਲਾ ਲਈ ਹਰੀਚੰਦਰਾ ਜੀ ਨੇ। ਉਹਨੇ ਕਾਹਨੂੰ ਹੁਣ ਤਾਂ ਆਈ ਨਾ ਮਰਾਲਾ ਦੇਸ਼ਾ ਮਿੱਤਰ ਤਾਂ। ਜਦੋਂ ਆਇਆ ਨਾ ਭਾਈ, ਉਹਨੇ ਸੋਚਿਆ ਵੀ ਅੰਨ ਸਰਾਫ ਦਿੰਦਾ, ਇਹਨੂੰ ਗੰਗਾ ਮਾਈ ਨੂੰ ਫੜਾ ਕਹੀਏ। ਜਦੋਂ ਹਰੀਚੰਦਰਾ ਜੀ ਨੇ ਜਾ ਕੇ ਕਿਹਾ, ਕਹਿੰਦਾ ਗੰਗਾ ਮਾਈ ਮੈਂ ਪੰਡਿਤ ਨੂੰ ਰੋਟੀ ਕਰੀ ਤੀ, ਪੰਡਿਤ ਨਹੀਂ ਆਇਆ, ਅੰਨ ਸਰਾਫ ਦੇ ਰਿਹਾ, ਇਹਨੂੰ ਲੇਖੇ ਲਾ। ਗੰਗਾ ਮਾਈ ਨੇ ਕੱਢ ਕੇ ਚੂੜੀ ਵਾਲੀ ਬਾਂਹ ਰੋਟੀਆਂ ਫੜਨੀਆਂ ਹਰੀਚੰਦਰਾ ਜੀ ਤੋਂ, ਜੋ ਭਗਤ ਤੀ। ਹਜੇ ਰੋਟੀ ਫੜਾ ਕੇ ਮੁੜੇ ਹੀ ਆਉਂਦਾ, ਆਉਂਦੇ ਨੂੰ ਬਾਹਰ 'ਚ ਖੜਾ ਉਹ। ਕਹਿੰਦਾ ਲੈ ਆਪਾਂ ਹੀ ਪੁੱਛ ਸਕਦਾ। ਕਹਿੰਦਾ ਬਾਬਾ ਮੈਂ ਤਾਂ ਤੈਨੂੰ ਉਡੀਕ ਕੇ ਫੜਾ ਆ। ਕਹਿੰਦਾ 1 ਮਿੰਟ ਖੜ ਜਾ, ਮੈਂ ਫੜ ਕੇ ਲਿਆਉਣਾ ਗੰਗਾ ਮਾਈ ਤੋਂ ਜੇ ਨਾ ਖਾਧੀਆਂ ਹੋਈਆਂ। ਗੰਗਾ ਮਾਈ ਨੂੰ ਜਾ ਕੇ ਕਹਿੰਦਾ ਮਾਈ ਜਿਸ ਪੰਡਿਤ ਨੂੰ ਮੈਂ ਰੋਟੀ ਕਰੀ ਤੀ ਪੰਡਿਤ ਗਿਆ, ਜੇ ਨਹੀਂ ਤਾਂ ਭੋਜਨ ਸਿੱਖਿਆ ਮੈਨੂੰ ਵਾਪਸ ਕਰ ਦੇ। ਚੂੜੀ ਵਾਲੀ ਬਾਂਹ ਕੱਢ ਕੇ ਸੁੱਕਣ ਪੁੱਕਿਆਂ ਪਾਣੀ 'ਚ ਰੋਟੀਆਂ ਗੰਗਾ ਮਾਈ ਨੇ ਹਰੀਚੰਦਰਾ ਜੀ ਨੂੰ ਫੜਾ ਦੀਆਂ। ਦੇਸ਼ਮਾ ਮਿੱਤਰ ਦਾ ਪੈ ਗਈ ਸੁੰਡ ਵੀ ਇਹਦੀ ਭਗਤੀ ਕਿੱਥੋਂ ਖੋਈ ਜਾਊ, ਜਦੋਂ ਗੰਗਾ ਮਾਈ ਨੇ ਰੋਟੀਆਂ ਸੁੱਕੀਆਂ ਕੱਢ ਕੇ ਦਿੱਤੀਆਂ ਨੂੰ, ਵੀ ਇਦੂ ਵੱਡਾ ਭਗਤ ਕੋਈ ਨਹੀਂ ਹੋਗਾ। ਉੱਧਰੋਂ ਤਾਂ ਖੜਾ ਛੱਡ ਗਿਆ ਹਰੀਚੰਦਰਾ ਜੀ ਨੂੰ, ਤਾਂ ਫਿਰ ਤਰ੍ਹਾਂ ਰਾਣੀ ਕਿੰਨੀ ਹੋ ਗਿਆ ਵੀ ਕਿਸੇ ਪਾਸੋਂ ਤਾਂ ਡੋਲੂ। ਹੁਣ ਛੋਟੇ ਛੋਟੇ ਜਵਾਕਾਂ 'ਚ ਰਲ ਗਿਆ। ਕਹਿੰਦਾ ਭਾਈ ਜਵਾਕਾਂ ਨੂੰ ਕਹਿੰਦਾ, ਕਹਿੰਦਾ ਆਪਾਂ ਉਹਨਾਂ ਦੇ ਜਵਾਕ ਨੂੰ ਨਾ ਲਿਆ ਕਰੀਏ ਖੇਡਣ ਨੂੰ। ਕਹਿੰਦਾ ਉਹਨਾਂ ਦੇ ਜਵਾਕ ਨੂੰ ਲਿਆ ਕਰ। ਕਹਿੰਦਾ ਭਾਈ ਐਂ ਕਰ, ਉਹਨੂੰ ਕਹਿੰਦੇ ਭਾਈ ਸਾਡੇ ਨਾਲ ਜਵਾਕ ਤੋਰਦਾ ਕਰ ਖੇਡਣ। ਉਹ ਕਹਿੰਦੀ ਭਾਈ ਮੈਂ ਗਲੀਆਂ ਨਹੀਂ ਜਾਣਦੀ, ਮੈਨੂੰ ਪਤਾ ਨਹੀਂ ਹੈਗਾ ਵੀ, ਮੈਨੂੰ ਐਂ ਨਹੀਂ ਪਤਾ ਵੀ ਕੀ ਕਿਹਦੀ ਗੜੀ ਕਿੱਧਰ ਜਾਂਦੀ ਹੈ, ਮੈਂ ਤਾਂ ਨਵੀਂ ਹੋਈ ਹੈ, ਤੁਸੀਂ ਲੈ ਜਾ ਕਰੋ, ਇੱਥੇ ਛੱਡ ਜਾ ਕਰੋ ਜਵਾਕ ਨੂੰ। ਕਹਿੰਦਾ ਕੋਈ ਨਾ ਛੱਡ ਜਾ ਕਰਾਂਗੇ। ਹੁਣ ਕੀ ਭਾਈ ਲੈ ਗਏ ਰਾਜੇ ਦੇ ਬਾਗ 'ਚ, ਲੈ ਗਏ ਦੇਸ਼ਵਾ ਮਿੱਤਰ ਜਵਾਕ ਬਣਿਆ ਹੋਇਆ ਵਿੱਚ ਚਰਚਿਆ ਖੇਡਾਂ ਉਹਨਾਂ ਦਾ ਖੇਡਾਂ 'ਚ। ਹੁਣ ਕੀ ਬਣ ਕੇ 2 ਹੱਥ ਦਾ ਨਾਗ ਬਹਿ ਗਿਆ ਬੂਟੇ ਦੇ ਨਾਲ। ਜਦੋਂ ਉਹ ਜਵਾਕ ਫੁੱਲ ਤੋੜਨ ਗਿਆ ਖੇਡਦਾ ਖੇਡਦਾ, ਤਾਂ ਰਾਣੀ ਦਾ ਮੁੰਡਾ ਰਸਤਾ ਡੰਗ ਸੱਪ ਲੜ ਗਿਆ ਭਾਈ, ਮਰ ਗਿਆ ਮੁੰਡਾ, ਤਾਂ ਮਰਨੀ ਦੀ ਵਾ ਹੁੰਦਾ। ਹੁਣ ਤਾਂ ਜਵਾਕ ਲੱਗ ਗਏ ਖੇਡਾਉਂਦੇ ਹੋਏ, ਭੁੱਲ ਗਏ ਤਾਂ ਦੱਸਣ। ਤਾਂ ਰਾਣੀ ਨੇ ਸੋਚਿਆ ਵੀ ਸਾਰੇ ਜਵਾਕ ਖੇਡੀ ਜਾਂਦੇ ਨੇ, ਵੀ ਮੇਰਾ ਮੁੰਡਾ ਕਿਉਂ ਨਹੀਂ ਪਿੱਛੇਗਾ। ਕੋਲੇ ਗਈ ਕਹਿੰਦੀ ਪੁੱਤ ਮੇਰਾ ਮੁੰਡਾ, ਕਹਿੰਦੀ ਸੀ ਤਾਂ ਭੁੱਲ ਗਏ ਤਾਂ ਸੱਪ ਨੇ ਡੰਗ ਤਾ। ਕਹਿੰਦਾ ਕਿ ਵੀ ਕਹਿੰਦੀ ਭਾਈ ਕਿੱਥੇ ਹੈ? ਕਹਿੰਦਾ ਬਾਗ 'ਚ ਰਾਜੇ ਦੇ। ਕਹਿੰਦੀ ਭਾਈ ਮੈਂ ਕਿਹੜਾ ਰੋਜ਼ ਜਾਂਦੀ, ਮੈਨੂੰ ਬਾਗ ਦੱਸੋ ਕਿੱਥੇ। ਜਦੋਂ ਕਿ ਗਏ ਗਾਂ ਤੋਂ ਬੂਟੇ ਛੱਡ ਕੇ ਪਿਆ ਵਿਚਾਰਾ, ਚੱਕ ਲਈ ਤਾਂ ਰਾਣੀ ਡੋਡੋ ਵੀ ਆਉਂਦਾ। ਉਹਨੇ ਸੋਚਿਆ ਵੀ ਮਨਾ ਘਰੇ ਕੀ ਕਰਾਉਣਾ ਜਵਾਕ ਤੋਂ, ਆਪਾਂ ਮੜੀਆਂ ਨੂੰ ਲੈ ਕੇ ਚੱਲਾਂ।
ਸਿਵਿਆਂ ਨੂੰ ਆਉਂਦੀ ਆ, ਮੂਹਰੇ ਹੋ ਗਿਆ ਹਰੀ ਚੰਦ ਰਾਜਾ। ਕਹਿੰਦਾ ਓਏ, ਕਹਿੰਦਾ ਤਾਰੋ ਵਸੂਲ ਭਰ 100 ਰੁਪਈਆ। ਕਹਿੰਦੀ ਮੈਂ ਮੰਗ ਕੇ ਲਿਆਉਣੀ ਆ। ਤਾਰਾ ਰੰਗੀ ਰਾਣੀ ਨੂੰ ਕਿਸੇ ਨੇ ਟਕਾ ਮੰਗਿਆ ਵੀ ਨਹੀਂ ਦਿੱਤਾ ਉਹ ਟਾਈਮ ਦੇ ਵਿੱਚੋਂ। ਮਾਣਕ ਨੇ ਕਲੀ ਵੀ ਕੱਢੀ ਤੀ, ਇਹ ਦੇ ਦਿਓ ਟਕਾ, ਮੈਂ ਪੁੱਤ ਦੀ ਲਾਸ ਲੰਘਾਉਣੀ ਆ। ਉਹ ਕਹਿੰਦਾ ਕਿ ਤਾਰਾ ਰਾਣੀ ਕੋਈ ਨਹੀਂ ਮੰਗਿਆ ਜਾਂਦਾ, ਇੱਕ ਤੈਨੂੰ ਮੈਂ ਵਿਧੀ ਦੱਸਦਾ ਜਿਵੇਂ ਤਾਂ ਮੈਨੂੰ ਤੌੜਾ ਚੱਕਣ ਦੀ ਦਿੱਤੀ ਤੀ। ਕਹਿੰਦੀ ਕਿ ਜੀ ਦੱਸ ਦਿਓ ਫਿਰ। ਕਹਿੰਦਾ ਲੈ ਵਿਧੀ ਸੁਣ ਲੈ। ਕਹਿੰਦੀ ਹਾਂ। ਕਹਿੰਦਾ ਜਿਹੜਾ ਸਾਲੂ ਆ ਤੇਰੇ ਉੱਤੇ, ਇਹ ਮੈਂ 250 ਰੁਪਈਆਂ ਦਾ ਲੈ ਕੇ ਆਇਆ ਸੀ, ਅੱਧਾ ਮੈਨੂੰ ਦੇ ਦੇ ਪੜ ਕੇ, ਅੱਧਾ ਤੂੰ ਉੱਤੇ ਲੈ ਲੈ, ਮੈਂ ਵਸੂਲੀ 'ਚ ਤਰ ਦੂੰ ਜੋ ਟਕੀ ਨਿਕਲੇ। ਉਵੇਂ ਜ਼ਿਕਰੀ ਕਰਿਆ ਵੀ ਤਾਰਾਂ ਨੇ ਮੜੀਆਂ 'ਚ ਵਾਗੀ, ਟਿੱਕੀ ਦਾ ਛਪਿਆ ਹੋ ਗਿਆ ਨਾ, ਸੋਚਿਆ ਵੀ ਹੁਣ ਨਾ ਦਾਖਲਾ ਜਵਾਕ ਨੂੰ ਉੱਪਰ, ਵੀ ਮਾਣਾ ਮੜੀਆਂ 'ਚ ਰਾਤ ਕੱਟ ਤੜਕੇ ਦਾਖ ਲਵਾਂਗੇ। ਦੇਸਵਾ ਮਿੱਤਰ ਨੇ ਜਦੋਂ ਤਾਰਾਂ ਰਾਣੀ ਨੂੰ ਨੀਂਦ ਆ ਗਈ, ਸਿਆਣਿਆਂ ਦੀ ਕਹਾਵਤ ਆ ਨੀਂਦ ਤਾਂ ਸੂਲਾਂ 'ਤੇ ਵੀ ਆ ਜਾਂਦੀ ਆ, ਜੋ ਤਾਰਾਂ ਰਾਣੀ ਨੂੰ ਆਈ ਨੀਂਦ, ਦੇਸਵਾ ਮਿੱਤਰ ਨੇ ਕੀ ਕੀਤਾ, ਉਹਦੇ ਲਿਬੇੜ ਕੇ ਹੱਥ ਪੈਰ ਖੂਨ ਨਾਲ ਡੈਣ ਬਣਾਤੀ, ਸੁੱਤੀ ਪਈ ਤਾਰਾਂ ਰਾਣੀ। ਢੋਲ ਨੂੰ ਲਾਤਾ ਡੱਗਾ ਵੀ ਮੜੀਆਂ 'ਚ ਡੈਣ ਆ ਗਈ, ਆ ਗਏ ਭਾਈ ਲੋਕ ਤੇਰੇ ਮੇਰੇ ਵਰਗੇ ਲੈ ਕੇ ਟੰਪੇ। ਉੱਧਰੋਂ ਭਾਈ ਤਾਰਾਂ ਰਾਣੀ ਲੱਗ ਗਈ ਕਹਿਣ, ਮਹਾਰਾਜ ਸੱਚੇ ਪਾਤਸ਼ਾਹ ਮੇਰੇ ਪਤੀ ਦੇ ਹੱਥੋਂ ਮੇਰੀ ਮੌਤ ਕਰਾ ਦੇ, ਵੀ ਮੈਨੂੰ ਕੋਈ ਹੋਰ ਨਾ ਮਾਰ ਜੇ। ਕਿਉਂਕਿ ਭਾਈ ਜਦੋਂ ਪੁੱਛਿਆ ਨਾਰਦ ਨੂੰ, ਨਾਰਦਾ ਦਰਗਾ ਡੋਲੇ ਖਾਂਦੀ ਆ, ਕੀ ਗੱਲ ਹੈ? ਉਹ ਕਹਿੰਦਾ ਭਾਈ ਤਾਰਾਂ ਰਾਣੀ ਨੂੰ ਲੋਕ ਮਾਰਨ ਤੁਰ ਪਏ, ਜੇ ਲੋਕਾਂ ਤੋਂ ਜਾਣ ਤੋਂ ਪਹਿਲਾਂ ਪਹਿਲਾਂ ਕੁਛ ਕਰ ਸਕਦਾ ਤਾਂ ਕਰਦੇ, ਨਹੀਂ ਧਰਤੀ ਗਰਕ ਜੂ। ਉਹ ਆਪਦੇ ਪਤੀ ਦੇ ਹੱਥੋਂ ਮੌਤ ਮੰਗਦੀ ਹੈ। ਕਹਿੰਦਾ ਫਿਰ ਆਪਾਂ ਇੱਥੋਂ ਹੀ ਕਰਦਨੇ ਹਾਂ। ਉਹਨੇ ਤਾਂ ਜਮਾਇਨ ਬੁੜੀ ਬਣਾਤੀ ਬਿਰਧ, ਮੰਜੇ 'ਚ ਬੈਠਣ ਲਈ ਬਿਰਧ ਨਹੀਂ ਹੁੰਦੀ, ਇਹੋ ਜਿਹੀ ਬਿਰਧ ਬਣਾਤੀ। ਉਹ ਕਹਿੰਦਾ ਸਾਲੇ ਡੈਣ ਦੇ, ਉਹ ਹਰਗਾ ਤੂੰ ਮਾਰੀਆਂ ਤਾਂ ਟੰਬਾ ਹੋਏ, ਆਹ ਕੰਮ ਤੋਂ ਭਾਲ ਦਿੱਤੀ। ਕਹਿੰਦਾ ਅਸੀਂ ਜਾਣਿਆ ਚੱਲ ਕੁਝ, ਉਹਦੇ ਅਸੀਂ ਪਾਪ ਕਰਾਤਾ ਤੀ, ਬਿਰਧ ਤਾਂ ਹੈਗੀ ਵਿਚਾਰੀ। ਉਹ ਮੁੜ ਗਏ ਲੋਕ, ਹਰੀਚੰਦ ਰਾਜਾ ਦੀ ਡਿਊਟੀ ਲਾਤੀ ਵੀ ਤੈਂ ਮਾਰਨੀ ਹੈ ਡੈਣ। ਜਦੋਂ ਗਏ ਤਾਂ ਰਾਣੀ ਉਹੀ ਬਣ ਗਈ। ਕਹਿੰਦਾ ਕਹਿੰਦੀ ਤੁਹਾਨੂੰ ਔਡਰ ਹੈ ਜੀ, ਤੁਸੀਂ ਔਡਰ ਪਕਾਓ ਹੁਕਮ ਦੇ ਤਾਬੇਦਾਰੋਂ। ਕਹਿੰਦਾ ਤਾਰਾਂ ਰਾਣੀ ਵਾਰ ਨਹੀਂ ਹੁੰਦਾ। ਕਹਿੰਦੀ ਜਿਵੇਂ ਤੁਸੀਂ ਮੈਨੂੰ ਵਸੂਲੀ ਭਰਨ ਦਾ ਵਿਧੀ ਦਿੱਤੀ ਆ, ਮੈਂ ਵੀ ਵਾਰ ਦੀ ਦੱਸਦੀਆਂ। ਕਹਿੰਦੀ ਪੰਜ ਕਰਮਾਂ ਦਾ ਪੈਂਤਰਾ ਕੱਢ ਲੈ, ਅੱਖਾਂ ਲੈ ਬੰਨੋ, ਕਿਰਪਾਨ ਘੁਮਾਉਂਦਾ ਹੀ ਮੈਂ ਮੂਹਰੇ ਸੀਸ ਕਰ ਦੂੰਗਾ ਆਪਦਾ। ਕਹਿੰਦਾ ਹਾਂ ਠੀਕ ਹੈ। ਹਰੀਚੰਦ ਰਾਜ ਨੇ ਅੱਖਾਂ ਬੰਨ ਲਈਆਂ, ਪੰਜ ਕਰਮਾਂ ਦਾ ਪੈਂਤਰਾ ਕੱਢ ਲਿਆ। ਜਦੋਂ ਮੰਨ ਕੇ ਚੱਲ ਉੱਧਰ ਮਹਾਰਾਜ ਨੂੰ ਲੱਗ ਗਈ ਕਿ ਹੁਣ ਮਹਾਰਾਜ ਸੱਚੇ ਪਾਤਸ਼ਾਹ ਰੋਕ ਇਹਨੂੰ, ਨਹੀਂ ਧਰਤੀ ਗਰਕ ਜੂ, ਕਿਉਂ ਇਹ ਧਰਮੀ ਆ, ਇਹ ਤੋਂ ਪਾਪ ਹੋਊ। ਕਿਉਂਕਿ ਮਹਾਰਾਜ ਸੱਚੇ ਪਾਤਸ਼ਾਹ ਨੂੰ ਸੁਣਿਆ ਭਾਈ ਜਦੋਂ ਦਰਗਾਹ ਨੇ ਖਾਧਾ ਗੇੜਾ, ਕਹਿੰਦਾ ਨਾਰਦਾ ਗੱਲ ਕੀ ਹੈ, ਦਰਗਾਹ 'ਚ ਬਾਹਲੇ ਗੇੜੇ ਖਾਂਦੀ ਹੈ। ਕਹਿੰਦਾ ਜੀ ਹਰੀਚੰਦ ਵਾਰਸਾ ਪੰਜ ਕਰਮਾਂ ਦਾ ਪੈਂਤਰਾ ਕੱਢੀ ਖੜਾ, ਤਾਰਾਂ ਰਾਣੀ ਕਿੰਨੀ ਅੱਖਾਂ ਲਈਆਂ ਬੰਨ, ਕਿਰਪਾਨ ਘੁਮਾਉਂਦਾ ਜਾਊ, ਤਾਰਾਂ ਰਾਣੀ ਬਚਨ ਦੇ ਬੈਠੀ, ਉਹ ਸੀਸ ਕਰੂ ਮੂਹਰੇ ਆਪਦਾ, ਹਰੀਚੰਦ ਰਾਜਾ ਪਾਪੀ ਹੋਜੂ, ਉਹਦਾ ਰੋਕ। ਕਿਉਂਕਿ ਭਾਈ 2.5 ਕਰਮ ਹੀ ਭਰਨ ਦਿੱਤੀਆਂ ਨੇ, 2.5 ਤਾਂ ਬਾਕੀ ਰਹਿ ਗਈਆਂ ਤੀ, ਆ ਕੇ ਮੰਗ ਦੀ ਫਲ ਲਿਆ। ਕਹਿੰਦਾ ਖੋਲ ਹਰੀਚੰਦ, ਅੱਖਾਂ ਤੇਰੀ ਭਗਤੀ ਪੂਰੀ ਹੋ ਗਈ ਭਾਈ, ਮੰਗ ਲੈ। ਕੀ ਮੰਗਣਾ ਅੱਜ? ਕਹਿੰਦਾ ਜੀ ਇੱਕ ਚੀਜ਼ ਮੰਗਣੀ ਆ ਮੈਂ, ਬਚਨ ਦੇ ਦਿਓ। ਕਹਿੰਦਾ ਜਾਂ ਤੈਨੂੰ 3 ਬਚਨ ਦਿੱਤੇ, ਜੋ ਮਰਜ਼ੀ ਮੰਗ ਲੈ। ਕਹਿੰਦਾ ਫਿਰ 3 ਬਚਨ ਦਿੱਤੇ ਨੇ ਜੇ ਮੈਨੂੰ? ਕਹਿੰਦਾ ਅਯੁੱਧਿਆਪੁਰੀ ਅਤੇ ਕਾਸੀ ਸੁਰਗਾਂ ਨੂੰ ਜਾਣ। ਉਹ ਕਹਿੰਦਾ ਕੋਈ ਹੰਕਾਰ ਨਾ ਕਰ ਜੇ, ਬਾਘ ਸੁਰਗਾਂ ਨੂੰ ਹੀ ਜਾਣਗੇ। ਕਹਿੰਦਾ ਨਾ ਜੀ ਕੋਈ ਨਹੀਂ ਹੰਕਾਰ ਕਰਦਾ। ਹੁਣ ਕੀ ਭਾਈ ਜਦੋਂ ਸੁਰਗਾਂ ਨੂੰ ਜਾਣ ਲੱਗੇ, ਘੁਮਿਆਰ ਜਾਨੀ ਕਿ ਮਿੱਟੀ ਪੱਟਣ ਵਾਲੇ, ਉਹ ਕਹਿੰਦਾ ਵੀ ਮੈਂ ਨਹੀਂ ਜਾਂਦਾ। ਕਹਿੰਦਾ ਵੀ ਜਦੋਂ ਸਾਰੀ ਯੁੱਧਾਪੁਰੀ ਅਤੇ ਕਾਸੀ ਸੁਰਗਾਂ ਨੂੰ ਜਾਣਗੇ, ਤੂੰ ਕਿਉਂ ਨਹੀਂ ਜਾਂਦਾ? ਕਹਿੰਦਾ ਜਾਂ ਮੇਰੇ ਗਧੇ ਰਹਿ ਜਾਣਗੇ। ਉਹ ਕਹਿੰਦਾ ਗਧੇ ਵੀ ਸੁਰਗਾਂ ਨੂੰ ਜਾਣਗੇ। ਜਦੋਂ ਕਹਿੰਦੇ ਉਸ ਟਾਈਮ ਗਧੇ ਜਾਣ ਲੱਗੇ ਨਾ ਸੁਰਗਾਂ ਨੂੰ, ਹੀਂਕ ਪਿਆ ਗਧਾ,
ਉੱਥੇ ਫਿਰ ਉਹਦੀ ਮਾਂ ਤੋਂ ਹੰਕਾਰ ਹੋ ਗਿਆ ਹਰੀਚੰਦ ਜੀ ਤੋਂ, ਕਹਿੰਦੀ ਧੰਨ ਮੇਰੇ ਹਰੀਚੰਦ ਦੀ ਭਗਤੀ ਜੀ ਨੇ ਗਧੇ ਵੀ ਸੁਰਗਾਂ ਨੂੰ ਤੋਰਤੇ। ਯੁੱਧਿਆਪੁਰੀ ਅਤੇ ਕਾਸੀ ਕਦੋਂ ਵੀ ਜਾਵੋ ਸਭ ਦੇਸਾਂ ਨੂੰ ਉੱਚੀ ਖੜੀ ਹੈ, ਉੱਥੇ ਖੜ ਗਈ ਉਹ, ਹੰਕਾਰ ਹੋ ਗਿਆ। ਹੁਣ ਵੀ ਜੇ ਕਿਤੇ ਜਾਵੋ ਤਾਂ ਦੇਖ ਕੇ ਆ ਸਕਦੇ ਹੋ ਉਹ ਚੀਜ਼ਾਂ ਜਿਹੜੀਆਂ ਮੈਂ ਹੁਣ ਕਹਾਣੀ 'ਚ ਦੱਸੀ ਹੈ। ਇਹਨੂੰ ਕੱਟਦੇ ਹੁਣ।